ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਜੇਕਰ ਆਪਾਂ 25 ਦਿਨਾਂ ਦੇ ਵਿੱਚ 25-26 ਦਿਨਾਂ ਦੇ ਵਿੱਚ ਜੇਕਰ ਪਨੀਰੀ ਆਪਾਂ ਤਿਆਰ ਕਰਨੀ ਚਾਹੁੰਦੇ ਹਾਂ ਤਾਂ ਫਿਰ ਆਪਾਂ ਨੂੰ ਪੂਰੇ ਤਰੀਕੇ ਦੇ ਨਾਲ ਆਪਾਂ ਨੂੰ ਖਾਦਾਂ ਦੀ ਮਾਤਰਾ ਅਤੇ ਕਿਹੜੀ ਕਿਹੜੀ ਖਾਦ ਪਾਉਣੀ ਚਾਹੀਦੀ ਹੈ ਤਾਂ ਜੋ ਜਿਹੜੀ ਆਪਣੀ ਪਨੀਰੀ 25 ਦਿਨਾਂ ਦੇ ਵਿੱਚ ਤਿਆਰ ਹੋਵੇ, ਕਿਉਂਕਿ ਜਿਹੜੀ ਆਪਣੀ ਪਨੀਰੀ ਹੈ ਇਹ ਆਪਣਾ ਮੁੱਢਲਾ ਢਾਂਚਾ ਹੈ, ਝੋਨੇ ਦੇ ਝਾੜ 'ਤੇ ਡਿਪੈਂਡ ਕਰਦਾ ਹੈ। ਕਿਉਂਕਿ ਜੇਕਰ ਆਪਾਂ ਪਨੀਰੀ ਵਿੱਚੋਂ ਕਿਸੇ ਵੀ ਪ੍ਰਕਾਰ ਦੀਆਂ ਕਮੀਆਂ ਰਹਿ ਜਾਂਦੀਆਂ ਨੇ, ਆਪਣੀ ਪਨੀਰੀ ਗਰੋਥ ਨਹੀਂ ਕਰਦੀ, ਰੱਤਾਂ ਦੀ ਘਾਟ ਰਹਿ ਜਾਂਦੀ, ਅਤੇ ਆਪਣੇ ਜਿਹੜਾ ਝੋਨੇ ਦਾ ਝਾੜ ਵੀ ਇਸ ਨਾਲ ਘੱਟ ਜਾਂਦਾ ਹੈ। ਅਤੇ ਇਸ ਕਰਕੇ ਇਸ ਨੂੰ ਆਪਾਂ ਬੜੇ ਤਰੀਕੇ ਦੇ ਨਾਲ ਸੁਚੱਜੇ ਢੰਗ ਨਾਲ ਜੇਕਰ ਆਪਾਂ ਤਿਆਰ ਕਰਦੇ ਹਾਂ ਤਾਂ ਆਪਣਾ ਝੋਨੇ ਦਾ ਝਾੜ ਵੀ ਬਹੁਤ ਵਧੀਆ ਆਉਂਦਾ। ਕਿਉਂਕਿ ਜਿਹੜੀਆਂ ਆਪਾਂ ਪਨੀਰੀ ਦੀ ਬਿਜਾਈ ਸਮੇਂ ਖਾਦਾਂ ਪਾਉਂਦੇ ਹਾਂ ਅਤੇ ਜਿਹੜੀਆਂ ਆਪਾਂ ਬਾਅਦ ਵਿੱਚ ਪਨੀਰੀ ਉੱਗਣ ਤੋਂ ਬਾਅਦ ਪਾਉਂਦੇ ਹਾਂ, ਉਹਨਾਂ ਅਸਰ ਉਹ ਨਹੀਂ ਕਰਦੇ ਜਿੰਨਾ ਆਪਾਂ ਪਨੀਰੀ ਦੀ ਬਿਜਾਈ ਸਮੇਂ ਜੇਕਰ ਆਪਾਂ ਪੂਰੀਆਂ ਖਾਦਾਂ ਪੂਰਾ ਜ਼ੋਰ ਲਗਾਉਂਦੇ ਹਾਂ ਪਨੀਰੀ ਨੂੰ ਤਿਆਰ ਕਰਨ ਵਾਸਤੇ, ਤਾਂ ਆਪਣੀ 25 ਦਿਨਾਂ ਦੇ ਵਿੱਚ ਪਨੀਰੀ ਆਪਣੀ ਬੜੇ ਆਰਾਮ ਦੇ ਨਾਲ ਤਿਆਰ ਹੋ ਜਾਂਦੀ ਹੈ ਅਤੇ ਇਸ ਨਾਲ ਫਿਰ ਆਪਾਂ ਵਧੀਆ ਝਾੜ ਲੈ ਸਕਦੇ ਹਾਂ। ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਨਾ, ਜਦੋਂ ਆਪਾਂ ਜ਼ਮੀਨ ਵਾਹ ਕੇ ਜੇਕਰ ਰੂੜੀ ਖਾਦ ਪੈ ਜਾਂਦੀ ਤਾਂ ਬਹੁਤ ਵਧੀਆ। ਰੂੜੀ ਖਾਦ ਆਪਾਂ ਜ਼ਮੀਨ ਦੇ ਹਿਸਾਬ ਦੇ ਨਾਲ, ਆਪਾਂ ਰੂੜੀ ਖਾਦ ਪਾਉਣ ਤੋਂ ਬਾਅਦ ਆਪਾਂ ਜ਼ਮੀਨ ਨੂੰ ਵਾਹ ਕੇ ਆਪਾਂ ਘੱਟੋ ਘੱਟ 2 ਵਾਰੀ ਰੌਣੀ ਕਰਨੀ ਹੈ। ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਆਖਿਆ ਕਿ ਜੇਕਰ ਆਪਾਂ 2 ਵਾਰੀ ਰੌਣੀ ਕਰਦੇ ਹਾਂ ਤਾਂ ਬਹੁਤ ਵਧੀਆ, ਕਿਉਂਕਿ ਜਿੰਨੇ ਵੀ ਨਦੀਨ ਨੇ ਆਪਣੇ ਰੂੜੀ ਖਾਦ ਵਿੱਚ ਜਾਂ ਜ਼ਮੀਨ ਦੇ ਵਿੱਚ ਸਾਰੇ ਤਕਰੀਬਨ ਹੀ ਉਗਾਉਂਦੇ ਨੇ, ਅਤੇ ਫਿਰ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਜਿਹੜੀ ਹਰਬੀਸਾਈਡ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਉਹਦਾ ਵੀ ਜਿਸ ਸਟ੍ਰੈਸ ਪੈਂਦਾ ਉਹਦੇ ਨਾਲ ਵੀ ਆਪਣੀ ਪਨੀਰੀ ਦੀ ਗਰੋਥ ਰੁਕ ਜਾਂਦੀ ਹੈ ਅਤੇ ਉਸ ਨਾਲ ਵੀ ਆਪਣੇ ਝਾੜ 'ਤੇ ਫਰਕ ਪੈਂਦਾ ਹੈ। ਰੂੜੀ ਖਾਦ ਪਾਉਣ ਤੋਂ ਬਾਅਦ ਤਕਰੀਬਨ ਆਪਾਂ ਨੂੰ 12 ਤੋਂ 15 ਦਿਨ ਪਹਿਲਾਂ ਹੀ ਰੂੜੀ ਖਾਦ ਪਾਉਣੀ ਹੈ ਪਨੀਰੀ ਵਾਲੀ ਜਗ੍ਹਾ ਜਿੱਥੇ ਆਪਾਂ ਤਿਆਰ ਕਰਨੀ ਹੈ। ਉਸ ਤੋਂ ਬਾਅਦ ਆਪਾਂ 2 ਵਾਰੀ ਰੌਣੀ ਕਰਦੇ ਹਾਂ ਜਾਂ 1 ਵਾਰ ਰੌਣੀ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਪੂਰਾ ਖੇਤ ਤਿਆਰ ਕਰਕੇ ਸੁਕਾ ਕੇ ਅਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਖਾਦਾਂ ਪਾਉਣੀਆਂ ਨੇ ਉਹ ਇਸ ਪ੍ਰਕਾਰ ਨੇ। ਸਭ ਤੋਂ ਪਹਿਲਾਂ ਆਪਾਂ ਯੂਰੀਆ ਖਾਦ, ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਤੱਤ ਹੁੰਦਾ ਬਹੁਤ ਮਾਤਰਾ ਦੇ ਵਿੱਚ, ਜੇਕਰ ਆਪਾਂ ਯੂਰੀਆ ਖਾਦ ਪਹਿਲਾਂ ਪਾਉਂਦੇ ਹਾਂ ਬਿਜਾਈ ਸਮੇਂ ਤਾਂ ਆਪਣੀ ਜਿਹੜੀ ਪਨੀਰੀ ਦੀ ਗਰੋਥ ਬਹੁਤ ਵਧੀਆ ਜਲਦੀ ਤਿਆਰ ਹੋਵੇਗੀ। ਇਹ ਆਪਾਂ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਹਾਂ। ਇਹ ਆਪਾਂ ਜਿਹੜੀ ਯੂਰੀਆ ਖਾਦ ਹੈ ਇਹ ਤਕਰੀਬਨ ਆਪਾਂ 3 ਤੋਂ ਲੈ ਕੇ 3.5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਆਪਾਂ ਯੂਰੀਆ ਖਾਦ ਪਾਉਣੀ ਹੈ ਅਤੇ ਇਸ ਤੋਂ ਅਗਲੀ ਖਾਦ ਹੁੰਦੀ ਜੀ ਆਪਣੀ ਸਿੰਗਲ ਸੁਪਰ ਫਾਸਫੇਟ, ਜਿਹੜੀ ਕਿ ਆਪਾਂ ਝੋਨੇ ਵੇਲੇ ਵੀ ਕੱਦੂ ਵੇਲੇ ਵੀ ਪਾਉਂਦੇ ਹਾਂ, ਬਹੁਤ ਵਧੀਆ ਸਧਾਰ ਰਿਜ਼ਲਟ ਹੈ। ਅਤੇ ਇਹ ਜਿਹੜੀ ਆਪਾਂ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ 7 ਤੋਂ 8 ਕਿਲੋ 1 ਕਨਾਲ ਦੇ ਵਿੱਚ ਆਪਾਂ ਸਿੰਗਲ ਸੁਪਰ ਫਾਸਫੇਟ ਪਾਉਣੀ ਹੈ ਅਤੇ ਇਹਦੇ ਵਿੱਚ ਆਪਣੀ ਫਾਸਫੋਰਸ ਤੱਤ ਵੀ ਹੁੰਦਾ, ਕੈਲਸ਼ੀਅਮ ਤੱਤ ਵੀ ਹੁੰਦਾ। ਇਹ ਆਪਣੀ ਜਿਹੜੀ ਪਨੀਰੀ ਦੀ ਬਿਜਾਈ ਸਮੇਂ ਜੇਕਰ ਆਪਾਂ ਪਾਉਂਦੇ ਹਾਂ ਤਾਂ ਆਪਣੀ ਪਨੀਰੀ ਦੀ ਗਰੋਥ ਬਹੁਤ ਵਧੀਆ, ਕਿਉਂਕਿ ਜੇਕਰ ਆਪਣੇ ਇਸ ਸਮੇਂ ਆਪਣੀ ਜਦੋਂ ਪਨੀਰੀ ਬੀਜਦੇ ਹਾਂ ਜੇਕਰ ਆਪਣੇ ਜ਼ਮੀਨ ਵਿੱਚ ਘਾਟ ਨਹੀਂ ਆਉਂਦੀ ਤੱਤਾਂ ਦੀ ਤਾਂ ਆਪਣੀ ਜਿਹੜੀ ਪਨੀਰੀ ਦੀ ਗਰੋਥ ਬਹੁਤ ਵਧੀਆ ਹੋਵੇਗੀ, ਬਹੁਤ ਵਧੀਆ ਹਰੇ ਰੰਗ ਦੇ ਵਿੱਚ ਤਿਆਰ ਹੋਵੇਗੀ ਕਿਸੇ ਵੀ ਪ੍ਰਕਾਰ ਦੀ, ਅਤੇ ਆਪਣੇ ਕਿਸੇ ਵੀ ਪ੍ਰਕਾਰ ਦਾ ਕੋਈ ਤੱਤ ਦੀ ਘਾਟ ਨਹੀਂ ਆਵੇਗੀ। ਅਤੇ ਇਸ ਤੋਂ ਬਾਅਦ ਜਿਹੜਾ ਕਿ ਆਪਣਾ ਜਿੰਕ ਤੱਤ ਬਹੁਤ ਜ਼ਰੂਰੀ ਹੈ ਪਨੀਰੀ ਦੀ ਗਰੋਥ ਵਾਸਤੇ, ਪਨੀਰੀ ਦੇ ਹਰੇਪਣ ਦੇ ਵਾਸਤੇ। ਅਤੇ ਇਹ ਆਪਾਂ ਜਿਹੜੀ ਜਿੰਕ ਹੈ ਜੇਕਰ ਆਪਾਂ 21% ਪਾਉਣੇ ਹਾਂ ਫਿਰ ਆਪਾਂ ਨੂੰ 5 ਕਿਲੋ ਦੇ ਲਗਭਗ 1 ਕਨਾਲ ਦੇ ਵਿੱਚ ਆਪਾਂ ਪਾਉਣੀ ਹੈ। ਬਾਕੀ ਜਿਹੜੇ ਵੀ ਜਿੰਨੇ ਵੀ ਆਪਾਂ ਮਰਲੇ ਬੀਜਣੀ ਉਸ ਹਿਸਾਬ ਨਾਲ ਆਪਾਂ ਵਧਾ ਘਟਾ ਸਕਦੇ। ਇਹ ਆਪਾਂ ਨੂੰ 1 ਕਨਾਲ ਦੀ ਆਪਾਂ ਤੁਹਾਨੂੰ ਡੋਜ ਦੱਸ ਰਹੇ ਹਾਂ, ਮਾਤਰਾ ਦੱਸ ਰਹੇ ਹਾਂ। ਜੇਕਰ ਆਪਾਂ 21% ਦੀ ਪਾਉਣੇ ਹਾਂ ਤਾਂ 5 ਕਿਲੋ ਦੇ ਲਗਭਗ ਆਪਾਂ ਜਿੰਕ ਪਾਉਣੀ ਹੈ, ਅਤੇ ਜੇਕਰ ਆਪਾਂ 33% ਵਾਲੀ ਪਾਉਣੇ ਹਾਂ ਫਿਰ ਆਪਾਂ 3 ਤੋਂ 3.25 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਆਪਾਂ ਜਿੰਕ ਪਾਉਣੀ ਹੈ। ਕਿਉਂਕਿ ਜਿੰਕ ਦਾ ਵੀ ਰੋਲ ਬਹੁਤ ਜ਼ਿਆਦਾ ਬਿਮਾਰੀਆਂ ਦੇ ਲੜਨ ਦੇ ਨਾਲ ਜੇ ਆਪਣੀ ਪਨੀਰੀ ਦੀ ਗਰੋਥ ਦੇ ਨਾਲ, ਜੇਕਰ ਆਪਾਂ ਨੇ ਸਾਰੇ ਤੱਤਾਂ ਦੀ ਘਾਟ ਆਪਾਂ ਜ਼ਮੀਨ ਦੀ ਬਿਜਾਈ ਸਮੇਂ ਆਪਾਂ ਸਾਰੇ ਤੱਤਾਂ ਆਪਾਂ ਪਾ ਦਿੰਦੇ ਹਾਂ ਤਾਂ ਆਪਣੀ ਜਿਹੜੀ ਪਨੀਰੀ ਦੀ ਗਰੋਥ ਬਹੁਤ ਵਧੀਆ, ਅਤੇ 25 ਦਿਨਾਂ ਦੇ ਵਿੱਚ 25 ਤੋਂ 28 ਦਿਨਾਂ ਦੇ ਵਿੱਚ ਪਨੀਰੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਤਿਆਰ ਕਰ ਸਕਦੇ ਹਾਂ। ਕਿਉਂਕਿ ਜੇ ਆਪਾਂ ਜ਼ਿਆਦਾ ਵੱਡੀ ਉਮਰ ਦੀ ਪਨੀਰੀ ਲਾਵਾਂਗੇ ਫਿਰ ਆਪਣਾ ਝਾੜ 'ਤੇ ਵੀ ਫਰਕ ਪੈਂਦਾ, ਜੇਕਰ ਆਪਣੀ ਪਨੀਰੀ ਥੋੜ੍ਹੀ ਲੇਟ ਆਪਣੀ ਤਿਆਰ ਹੁੰਦੀ ਹੈ।
ਅਤੇ ਫਿਰ ਆਪਾਂ ਜਿਹੜੀ ਯੂਰੀਆ ਦੀ ਇੱਕ ਡੋਜ਼ ਤਾਂ ਆਪਾਂ ਪਹਿਲਾਂ ਪਾ ਦੇਣੀ ਬਿਜਾਈ ਸਮੇਂ, ਬਿਜਾਈ ਤੋਂ ਪਹਿਲਾਂ, ਅਤੇ ਦੂਜੀ ਡੋਜ਼ ਆਪਾਂ ਤਕਰੀਬਨ 14-15 ਦਿਨ ਬਾਅਦ ਪਾਉਣੀ ਹੁੰਦੀ ਹੈ। ਅਤੇ ਇਸ ਤੋਂ ਬਾਅਦ ਕੀ ਹੁੰਦਾ ਕਿ ਕਈਆਂ ਵੀਰਾਂ ਦੀ ਜਿਹੜੀ ਪਨੀਰੀ ਨਾ ਪੀਲਾ ਰੰਗ ਪੀਲੇਪਣ ਦੇ ਵਿੱਚ ਆ ਜਾਂਦੀ ਹੈ ਅਤੇ ਗਰੋਥ ਰੁਕ ਜਾਂਦੀ ਹੈ। ਇਹ ਆਪਾਂ ਦੌਗੀਆਂ ਦੇ ਵਿੱਚ ਹੁੰਦੀ ਹੈ, ਇਹ ਝੋਨੇ ਵਿੱਚ ਵੀ ਸਮੱਸਿਆ ਆਉਂਦੀ ਹੈ। ਅਤੇ ਇਹ ਜਿਹੜੀ ਸਮੱਸਿਆ ਆਉਂਦੀ ਨੀਮਾਟੋਡ ਕਰਕੇ, ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਜੇਕਰ ਆਪਣੇ ਪਿਛਲੇ ਸਾਲ ਇਹ ਸਮੱਸਿਆ ਆਈ ਹੈ ਜਿਹੜੀ ਜ਼ਮੀਨ ਦੇ ਵਿੱਚ ਜਿੱਥੇ ਆਪਾਂ ਪਨੀਰੀ ਬੀਜੀ ਸੀ, ਉੱਥੇ ਕੋਸ਼ਿਸ਼ ਕਰੋ ਕਿ ਉੱਥੇ ਪਨੀਰੀ ਨਾ ਬੀਜੋ। ਅਤੇ ਜੇਕਰ ਆਪਣੀ ਮਜਬੂਰੀ ਆਪਾਂ ਬੀਜਣੀ ਉੱਥੇ, ਆਪਾਂ ਨੂੰ ਪਾਣੀ ਦੀ ਸਮੱਸਿਆ ਵੀ ਪਾਣੀ ਦਾ ਮੋਟਰ ਦੇ ਲਾਗੇ ਕਰਕੇ ਆਪਾਂ ਬੀਜਦੇ ਹਾਂ, ਤਾਂ ਇਹਦੇ ਕਰਕੇ ਆਪਾਂ ਨੂੰ ਜੇਕਰ ਇਹ ਸਮੱਸਿਆ ਆਉਂਦੀ ਹੈ ਜੇਕਰ ਪੀਲੇਪਣ ਦੀ, ਤਾਂ ਇਹਦੇ ਵਾਸਤੇ ਆਪਾਂ ਕੀ ਕਰਨਾ ਕਿ ਸਰ੍ਹੋਂ ਦੀ ਖਾਲ ਇੱਕ ਮਰਲੇ ਦੇ ਵਿੱਚ ਆਪਾਂ 1 ਕਿਲੋ ਆਪਾਂ ਸਰ੍ਹੋਂ ਦੀ ਖਲ ਪਾਵਾਂਗੇ। ਇਹਦੇ ਨਾਲ ਜਿਹੜੀ ਆਪਣੀ ਪਨੀਰੀ ਪੀਲੀ ਪੈਂਦੀ ਹੈ, ਗਰੋਥ ਰੁਕ ਜਾਂਦੀ, ਉਹਦੇ ਵਿੱਚ ਜਿਹੜੀ ਆਪਣੇ ਜੜ੍ਹਾਂ ਦੇ ਵਿੱਚ, ਕਿਉਂਕਿ ਜਿਹੜੀ ਨੀਮਾਟੋਡ ਦੀ ਸਮੱਸਿਆ ਹੁੰਦੀ ਹੈ ਜੜ੍ਹਾਂ ਦੇ ਵਿੱਚ ਗੰਢਾਂ ਬਣ ਜਾਂਦੀਆਂ ਨੇ ਜੇਕਰ ਆਪਾਂ ਪਨੀਰੀ ਪੁੱਟ ਕੇ ਦੇਖਦੇ ਹਾਂ, ਅਤੇ ਗੰਢਾਂ ਬਣਦੇ ਨਾਲ ਜਿਹੜੀ ਇਹਦੀ ਗਰੋਥ ਰੁਕ ਜਾਂਦੀ ਹੈ, ਜਿਹੜੇ ਇਹਨੂੰ ਨਿਊਟ੍ਰੀਸ਼ਨ ਤੱਤ ਆਪਣੇ ਮਿਲਣੇ ਨੇ ਪਨੀਰੀ ਨੂੰ ਉਹ ਘੱਟ ਜਾਂਦੇ ਨੇ, ਜਿਹੜੀਆਂ ਆਪਣੀ ਇਹ ਪਨੀਰੀ ਪੀਲੇਪਣ ਦੇ ਵਿੱਚ ਆ ਜਾਂਦੀ ਹੈ। ਅਤੇ ਇਹਦੇ ਵਾਸਤੇ ਆਪਾਂ ਪਨੀਰੀ ਬੀਜਣ ਤੋਂ ਤਕਰੀਬਨ ਆਪਾਂ 10 ਦਿਨ ਪਹਿਲਾਂ ਇਹ ਕੰਮ ਕਰਨਾ। ਜੇਕਰ ਆਪਾਂ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ 1 ਕਿਲੋ ਸਰ੍ਹੋਂ ਦੀ ਖਾਲ ਇੱਕ ਮਰਲੇ ਦੇ ਹਿਸਾਬ ਨਾਲ, ਜੇਕਰ ਆਪਾਂ ਇੱਕ ਕਨਾਲ ਦੇ ਵਿੱਚ ਪਾਉਣੇ ਹਾਂ ਤਾਂ 20 ਕਿਲੋ, ਜੇਕਰ ਆਪਾਂ 10 ਮਰਲਿਆਂ ਦੇ ਵਿੱਚ ਪਾਉਣੇ ਤਾਂ 10 ਕਿਲੋ ਆਪਾਂ ਸਰ੍ਹੋਂ ਦੀ ਖਾਲ ਪਾਉਣੀ ਹੈ। ਇਹ ਆਪਾਂ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਕਰਨਾ। ਇਹ ਨਾ ਹੋਵੇ ਕਿ ਜੇਕਰ ਆਪਾਂ ਪਰਸੋਂ ਚੌਥ ਪਨੀਰੀ ਬੀਜੀ, 3-4 ਦਿਨ ਪਹਿਲਾਂ ਆਪਾਂ ਕੰਮ ਕਰਦੇ ਹਾਂ ਤਾਂ ਫਿਰ ਇਸ ਦਾ ਰਿਜ਼ਲਟ ਨਹੀਂ ਮਿਲਣਾ, ਆਪਾਂ ਨੂੰ ਉਲਟਾ ਨੁਕਸਾਨ ਹੋਵੇਗਾ। ਇਹ ਆਪਣਾ ਸਰ੍ਹੋਂ ਦੀ ਖਾਲ 1 ਮਰਲੇ ਦੇ ਵਿੱਚ 1 ਕਿਲੋ ਆਪਾਂ ਪਾਉਣੀ ਹੈ। ਇਹਦੇ ਨਾਲ ਜਿਹੜੀ ਆਪਾਂ ਨੀਮਾਟੋਡ ਦੀ ਸਮੱਸਿਆ ਬਹੁਤ ਆਪਣੀ ਘੱਟ ਆਵੇਗੀ, ਅਤੇ ਜਿਹੜੀ ਆਪਣੀ ਪਨੀਰੀ ਨਾ ਪੀਲੀ ਪਵੇਗੀ, ਅਤੇ ਗਰੋਥ ਵੀ ਆਪਣੀ ਪਨੀਰੀ ਬਹੁਤ ਵਧੀਆ ਕਰੇਗੀ। ਅਤੇ ਬਾਕੀ ਇਹ ਜਿਹੜੀ ਆਪਣੀਆਂ ਖਾਦਾਂ ਪਾਉਣੀਆਂ ਬਹੁਤ ਜ਼ਰੂਰੀ ਨੇ। ਜੇਕਰ ਆਪਾਂ ਪਹਿਲਾਂ ਬਿਜਾਈ ਸਮੇਂ ਖਾਦਾਂ ਪਾਉਂਦੇ ਹਾਂ ਤਾਂ ਆਪਣੀ ਜਿਹੜੀ ਪਨੀਰੀ 25 ਦਿਨਾਂ ਦੇ ਵਿੱਚ, 25-26 ਦਿਨਾਂ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ। ਇਹ ਆਪਣੀ ਸਿੰਗਲ ਸੁਪਰ ਫਾਸਫੇਟ, ਇਹ ਵੀ ਆਪਣੀ ਜ਼ਮੀਨ ਦੇ ਵਿੱਚ ਬਹੁਤ ਜ਼ਰੂਰੀ ਪਾਉਣੀ ਹੈ। ਅਤੇ ਬਾਕੀ ਇਹ ਆਪਣੀਆਂ ਖਾਦਾਂ ਸੀ। ਬਾਕੀ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ ਜੀ।